ਦੀ ਮਤ ਲੈਣ ਆਏ ਆਪਾਂ ਇੱਥੇ ਸਾਰੇ ਗੁਰਮਤ ਕੈਂਪ ਹੈ ਖਾਲਸਾ ਕੈਂਪ ਹੈ ਕੁਝ ਸਿੱਖਣ ਲਈ ਆਏ ਵੀ ਸਾਨੂੰ ਪਤਾ ਲੱਗੇ ਅਸੀਂ ਕੌਣ ਆ ਕੀ ਕਰਨ ਆਏ ਹਾਂ ਸੰਸਾਰ 'ਤੇ ਸਾਡਾ ਕੰਮ ਕੀ ਹੈ ਕਿਉਂ ਆਏ ਹਾਂ ਕੀ ਕਰ ਰਹੇ ਹਾਂ ਅਤੇ ਕੀ ਕਰਨਾ ਚਾਹੀਦਾ ਦੋ ਤਿੰਨ ਸਵਾਲ ਨੇ ਜਿਹੜੇ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਸੰਸਾਰ 'ਤੇ ਹੀ ਆਇਆ ਕੀ ਕਰਨਾ ਪਹਿਲਾਂ ਵੀ ਮੇਰਾ ਪ੍ਰਯੋਜਨ ਕੀ ਹੈ ਸੰਸਾਰ 'ਤੇ ਆਉਣ ਦਾ ਸਾਰੀ ਦੁਨੀਆ ਜਿਹੜੀ ਤੁਰੀ ਫਿਰਦੀ ਹੈ ਇਹ ਕਾਹਦੇ ਲਈ ਆਈ ਹੈ ਗੁਰੂ ਸਾਹਿਬ ਕੀ ਕਹਿੰਦੇ ਨੇ ਕਿਉਂ ਆਏ ਨੇ ਹੈ ਨਾ ਆਉਣ ਵਾਲੇ ਸਮੇਂ 'ਚ ਆਪਾਂ ਵਿਚਾਰ ਕਰਾਂਗੇ ਆਪਾਂ ਇੱਥੇ ਕੈਂਪ 'ਤੇ ਆਏ ਹਾਂ ਵੀ ਗੁਰੂ ਦੀ ਮੱਤ ਲੈਣਾ ਗੁਰਮਤ ਲੈਣਾ ਅਤੇ ਜੇ ਆਪਾਂ ਹੋਰ ਕੋਈ ਕੰਮ ਕਰਦੇ ਰਹੀਏ ਤਾਂ ਫਿਰ ਸਾਡਾ ਆਉਣ ਦਾ ਪ੍ਰਯੋਜਨ ਜਿਹੜਾ ਉਹ ਫੇਲ ਹੋ ਜਾਣਾ ਜਿਹੜਾ ਸਾਡਾ ਮਕਸਦ ਹੋਣਾ ਜਿਹੜਾ ਸਾਡਾ ਏਮ ਹੈ ਇੱਥੇ ਆਉਣ ਦਾ ਉਹ ਫੇਲ ਹੋ ਜਾਏਗਾ ਜੇ ਅਸੀਂ ਗੁਰੂ ਦੀ ਮੱਤ 'ਤੇ ਕੰਸੈਂਟਰੇਟ ਨਾ ਕੀਤਾ ਤਾਂ ਕਿਸੇ ਹੋਰ ਕੰਮ ਵੀ ਚਲੋ ਪਹਾੜਾਂ 'ਚ ਆਏ ਹਾਂ ਥੋੜ੍ਹੀ ਸੈਰ ਕਰ ਲੈਂਦੇ ਹਾਂ ਹੈ ਨਾ ਥੋੜ੍ਹੇ ਨਵੇਂ ਫਰੈਂਡ ਬਣਾ ਲੈਂਦੇ ਹਾਂ ਬਣਾਓ ਕੋਈ ਗੱਲ ਨਹੀਂ ਪਰ ਸਾਡਾ ਮੇਨ ਮਕਸਦ ਕੀ ਹੈ ਵੀ ਗੁਰੂ ਦੀ ਮੱਤ ਹਾਜ਼ਰ ਕਰਨੀ ਤਾਂ ਕਿ ਜਦੋਂ ਅਸੀਂ ਇੱਥੋਂ ਜਾਈਏ ਵਾਪਸ ਇੱਕ ਬਦਲੀ ਹੋਈ ਪਰਸਨੈਲਿਟੀ ਲੈ ਕੇ ਵਾਪਸ ਆਈਏ ਚੇਂਜ ਹੋ ਕੇ ਜਾਈਏ ਵੀ ਜਿੱਦਾਂ ਦੇ ਆਏ ਸੀ ਜੇ ਉੱਦਾਂ ਦੇ ਚਲੇ ਗਏ ਫਿਰ ਕੋਈ ਫਾਇਦਾ ਨਹੀਂ ਹੋਣਾ ਆਇਆ ਇਸੇ ਤਰ੍ਹਾਂ ਹੀ ਸੰਸਾਰ 'ਤੇ ਜਿਵੇਂ ਪੈਦਾ ਹੋਏ ਖਾਧਾ ਪੀਤਾ ਵੱਡੇ ਹੋਏ ਜਵਾਨ ਹੋਏ ਮੇਰੇ ਵਾਂਗ ਬੁੱਢੇ ਹੋਏ ਅਤੇ ਚਲੇ ਗਏ ਸੰਸਾਰ ਤੋਂ ਪੈਦਾ ਕੀ ਹੋਇਆ ਕੋਈ ਫਾਇਦਾ ਨਾ ਹੋਇਆ ਤਾਂ ਆਪਾਂ ਇਸ ਚੀਜ਼ 'ਤੇ ਕੰਸੈਂਟਰੇਟ ਕਰਨਾ ਆਪਾਂ ਸਾਰਾ ਜਿਹੜਾ ਵੀ 4-5 ਦਿਨ ਤੁਹਾਨੂੰ ਜੀਵਨ ਦਾ ਅਨਮੋਲ ਸਮਾਂ ਮਿਲਿਆ ਤੁਹਾਨੂੰ ਮਹਾਰਾਜ ਤੁਹਾਨੂੰ ਹੁਣੇ ਆਪਾਂ ਸਲੋਕ ਪੜਿਆ ਸੀ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਅੱਜ ਸਿੱਖ ਜਗਤ ਪਿੱਛੇ ਕਿਉਂ ਚਲਾ ਗਿਆ ਨਾਮ ਨਹੀਂ ਜਪਦਾ ਗੁਰਬਾਣੀ ਨਹੀਂ ਪੜ੍ਹਦਾ ਅਸੀਂ ਗੁਰਬਾਣੀ ਨਹੀਂ ਪੜ੍ਹਦੇ ਨਾਮ ਨਹੀਂ ਜਪਦੇ ਆਪਣੇ ਆਪਣੇ ਅੰਦਰ ਸਾਰੇ ਆਪਾਂ ਝਾਤੀ ਮਾਰ ਲਈਏ ਆਪਾਂ ਕਿੰਨੇ ਕੁ ਆ ਜਿਹੜੇ ਅੰਦਰ ਸਵੇਰੇ ਉੱਠ ਕੇ ਜਾਂ ਸਾਰਾ ਦਿਨ ਆਪਾਂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ ਤੂੰ ਨਹੀਂ ਕੀਤਾ ਹੁਣ ਦੂਸਰਾ ਸਲੋਕ ਪੜਿਆ ਸੀ ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ ਉਹ ਸੰਸਾਰ ਵਿੱਚ ਸੁਖੀ ਹੋ ਜਾਂਦਾ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ ਕੋਈ ਪੈਸੇ ਨਹੀਂ ਲੱਗਦੇ ਹੈ ਨਾ ਕੋਈ ਖਰਚ ਨਹੀਂ ਹੁੰਦਾ ਕੁਛ ਵੀ ਪਰ ਮੂੰਹ ਤੂੰ ਕਹਿਣਾ ਵਾਹਿਗੁਰੂ ਬੋਲੋ ਵਾਹਿਗੁਰੂ ਵਾਹਿਗੁਰੂ ਜਿਹੜੇ ਇਹ ਕਹਿਣਗੇ ਵਾਹਿਗੁਰੂ 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 ਉਹ ਸੁਖੀ ਹੋ ਜਾਣਗੇ ਆਪਣੇ ਆਪ ਪਰਮੇਸ਼ੁਰ ਉਹਨਾਂ ਨੂੰ ਸੁਖੀ ਕਰ ਦੇਗਾ ਆਤਮਿਕ ਤੌਰ 'ਤੇ ਔਰ ਅੰਤ ਨੂੰ ਆਪਣੇ ਨਾਲ ਮਿਲਾ ਲੇਗਾ ਆਪਣੇ ਵਿੱਚ ਮਿਲਾ ਲੇਗਾ ਜਿਨ ਹਰ ਜਪਿਆ ਸੇ ਹਰ ਹੋਏ ਅਸੀਂ ਸੰਸਾਰ 'ਤੇ ਅਸੀਂ ਲੋਕਾਂ ਨੂੰ ਦੇਖਿਆ ਤੁਸੀਂ ਰੱਬ ਨੂੰ ਲੱਭਦੇ ਫਿਰਦੇ ਆ ਕੋਈ ਮਸਜਿਦ 'ਚ ਕੋਈ ਮੰਦਰ 'ਚ ਕੋਈ ਗੁਰਦੁਆਰੇ 'ਚ ਲੱਭਦੇ ਫਿਰਦੇ ਰੱਬ ਨੂੰ ਰੱਬ ਲੱਭਿਆ ਨਹੀਂ ਹੈ ਲੱਭਣਾ ਨਹੀਂ ਹੈ ਰੱਬ ਬਣਨਾ ਆ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਆ ਸਿੱਖ ਤੈਨੂੰ ਮੈਂ ਰੱਬ ਬਣਾਵਾਂ ਜਿਹਨਾਂ ਹਰ ਜਪਿਆ ਸੇ ਹਰ ਹੋਏ ਜਿਹਨਾਂ ਨੇ ਜਪਿਆ ਉਹ ਆਪ ਹੀ ਪਰਮਾਤਮਾ ਦਾ ਸਰੂਪ ਬਣ ਗਏ ਜਿਉਂਦੇ ਜੀ ਆਪਾਂ ਆਉਣ ਵਾਲੇ ਸਮੇਂ 'ਚ ਆਪਾਂ 2-3 ਦਿਨ ਤੁਹਾਡੇ ਨਾਲ ਇਹ ਵਿਚਾਰਾਂ ਕਰਨੀਆਂ ਨੇ ਇਹ ਨਹੀਂ ਵੀ ਇੱਥੇ ਆਪਾਂ ਆਏ ਹਾਂ ਅਤੇ ਆਪਾਂ ਮੌਜ ਮਸਤੀ ਕਰਕੇ ਅਤੇ ਤੁਸੀਂ ਸਾਰੇ ਨੌਜਵਾਨ ਹੋ ਅਤੇ ਜੀ ਤਾਂ ਕਰਦਾ ਸਾਰਿਆਂ ਦਾ ਮੌਜ ਮਸਤੀ ਕਰੀਏ ਹੁਣ ਪਰ ਨਹੀਂ ਗੁਰਮਤ 'ਚ ਨਹੀਂ ਇੱਥੇ ਗੰਭੀਰ ਹੋਣਾ ਪੈਂਦਾ ਆਪਣੇ ਆਪ ਨੂੰ ਪਹਿਚਾਨਣਾ ਮਨ ਤੂੰ ਜੋਤ ਸਰੂਪ ਹੈ ਆਪਣਾ ਜਿਹਨੇ ਪਹਿਚਾਣ ਲਿਆ ਉਹਨੇ ਪਰਮਾਤਮਾ ਬਣ ਜਾਣਾ ਜਿਉਂਦੇ ਜੀ ਇੱਕੋ ਹੀ ਜਨਮ ਹੈ ਪੰਕਤੀ ਬੜੀ ਕੀਮਤੀ ਹੈ ਚੇਤਾ ਰੱਖਿਓ ਮੈਂ ਤੁਹਾਨੂੰ ਪਹਿਲੇ ਦੱਸ ਦਿੰਦਾ ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਬੋਲੋ ਆਸ ਲਗ ਜੀਵੋ ਚਿਰ ਪਏ ਦਰਸ਼ਨ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲਿਖੇ ਸਾਰਾ ਜਨਮ ਲਾਉਣਾ ਪੈਣਾ ਇੱਕ ਜਨਮ ਸਾਰਿਆਂ ਨੂੰ ਮੈਨੂੰ ਵੀ ਤੁਹਾਨੂੰ ਵੀ ਜਿਹਨੇ ਰੱਬ ਨੂੰ ਮਿਲਣਾ ਉਹਨੂੰ ਸਾਰਾ ਹੀ ਜਨਮ ਪਰਮਾਤਮਾ ਦੇ ਲਿਖੇ ਲਾਉਣਾ ਪੈਣਾ ਇੱਕ ਜਨਮ ਇਹ ਲਾ ਲਓ ਹੁਣ ਤੁਸੀਂ ਜਾਣਾ ਚਾਹੁੰਦੇ ਹੋ ਤੇ ਐਸੇ ਕੈਂਪ ਤੇ ਹੀ ਸਾਰਾ ਕੁਛ ਕਰ ਲਓ ਕਬੀਰ ਜੀ ਨੇ ਇੱਕ ਬੜਾ ਸੁੰਦਰ ਭਜਨ ਕੀਤਾ ਬਾਣੀ 'ਚ ਕਬੀਰ ਕਾਲ ਕਰਨ ਤੇ ਅਬੇ ਕਰ ਅਬ ਕਰਤਾ ਸੁਰਤਾਲ ਪਾਛੇ ਕਸ਼ੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ ਜਿਹੜਾ ਕੱਲ੍ਹ ਕਰਨਾ ਹੈ ਨਾ ਤੂੰ ਕਹਿੰਦਾ ਮੈਂ ਕੱਲ੍ਹ ਕਰ ਲਾਂਗਾ ਜਿਹੜਾ ਬੰਦਾ ਕਹਿੰਦਾ ਨਾ ਮੈਂ ਕੱਲ੍ਹ ਨਿਤ ਨੂੰ ਬੋਲੋ ਵਾਹਿਗੁਰੂ ਜਿਹੜਾ ਕੱਲ੍ਹ ਨੂੰ ਕਰਨਾ ਨਾ ਉਹ ਅੱਜ ਹੀ ਕਰ ਲੈ ਅਤੇ ਜਿਹੜਾ ਅੱਜ ਕਰਨਾ ਨਾ ਤੂੰ ਕਹਿੰਦਾ ਕੋਈ ਨਹੀਂ ਅੱਜ ਕਰ ਲਾਂਗਾ ਉਹਨੂੰ ਹੁਣੇ ਕਰ ਲੈ ਇਸੇ ਸਵਾਸ 'ਚ ਕਰ ਲੈ ਵਾਹਿਗੁਰੂ ਵਾਹਿਗੁਰੂ ਆਹ ਸਵਾਸ ਜੇ ਤੁਹਾਡਾ ਜਿਹੜਾ ਤੁਹਾਡਾ ਭਵਿੱਖ ਵੀ ਬਣਾਉਂਦਾ ਅਤੇ ਜਿਹੜਾ ਤੁਹਾਡਾ ਪਾਸਟ ਵੀ ਸਫਲਾ ਕਰਦਾ ਪਾਸਟ ਕਹਿੰਦੇ ਜਿਹੜਾ ਬੀਤ ਗਿਆ ਭਵਿੱਖ ਜਿਹੜਾ ਆਉਣ ਵਾਲਾ ਹੈ ਨਾ ਤਾਂ ਸਾਨੂੰ ਪਾਸਟ ਦਾ ਪਤਾ
ਚਲਾ ਗਿਆ, ਨਾ ਸਾਨੂੰ ਭਵਿੱਖ ਦਾ ਪਤਾ ਕੀ ਹੋਣਾ। ਪਰ ਜਿਹੜੇ ਲੋਕ ਇਸ ਸਵਾਸ ਨੂੰ ਸਾਂਭਦੇ ਨੇ, ਬੋਲੋ ਵਾਹਿਗੁਰੂ ਵਾਹਿਗੁਰੂ। ਅਤੇ ਕਿੱਥੇ ਚਲਾ ਗਿਆ? ਪਾਸਟ ਵਿੱਚ। ਵਾਹਿਗੁਰੂ ਵਾਹਿਗੁਰੂ। ਕਿੱਥੇ ਜਾ ਰਿਹਾ? ਪਾਸਟ ਬਣ ਰਿਹਾ ਨਾ। ਬੋਲੋ ਵਾਹਿਗੁਰੂ 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 ਵਾਹਿਗੁਰੂ। ਤੁਹਾਡਾ ਪਾਸਟ ਸਫਲ ਆ ਰਿਹਾ। ਆ ਕਿੱਥੋਂ ਰਿਹਾ? ਫਿਊਚਰ ਚੋਂ। ਤੁਹਾਡਾ ਫਿਊਚਰ ਵੀ ਸਫਲ ਹੋ ਰਿਹਾ। ਵਾਹਿਗੁਰੂ ਵਾਹਿਗੁਰੂ। ਤਿੰਨੋਂ ਕਾਲ ਸਫਲੇ ਹੋ ਰਹੇ ਨੇ, ਪ੍ਰੈਜੈਂਟ ਵੀ, ਪਾਸਟ ਵੀ, ਫਿਊਚਰ ਵੀ। ਇੱਥੇ ਖੜ੍ਹੇ ਜੇ ਤੁਸੀਂ ਇਹ ਸਵਾਸ 'ਤੇ, ਇਹ ਸਵਾਸ ਗੁਆ ਰਿਹਾ, ਪਾਸਟ ਵੀ ਖਰਾਬ ਕਰ ਰਿਹਾ, ਅਤੇ ਫਿਊਚਰ ਤਾਂ ਲੋਕ ਬਣਾਉਂਦੇ ਹੀ ਬਣਾਉਂਦੇ ਖੱਪ ਚੱਲੇ ਨੇ। ਸਾਰੀ ਦੁਨੀਆ ਫਿਊਚਰ ਹੀ ਬਣਾਉਂਦੀ ਖੱਪ ਚੱਲੀ। ਕੱਲ੍ਹ ਨੂੰ ਕਰਾਂਗੇ ਡਾਕਟਰ ਬਣਾਂਗੇ, ਇੰਜੀਨੀਅਰ ਬਣਾਂਗੇ, ਸੁੱਖ ਲਵਾਂਗੇ। ਕਿੱਥੇ ਮਿਲਿਆ? ਨਾ ਡਾਕਟਰਾਂ ਨੂੰ ਮਿਲਿਆ, ਨਾ ਇੰਜੀਨੀਅਰਾਂ ਨੂੰ ਮਿਲਿਆ। ਜੇ ਡਾਕਟਰਾਂ ਨੂੰ ਮਿਲਿਆ ਹੁੰਦਾ ਤਾਂ ਗੁਰਦੇ ਨਾ ਵੇਚਦੇ ਲੋਕਾਂ ਦੇ, ਕੱਢ ਕੱਢ ਕੇ। ਜੇ ਸੁੱਖ ਮਿਲਿਆ ਹੁੰਦਾ ਤਾਂ ਪਤਾ ਤੁਹਾਨੂੰ, ਗੁਰਦੇ ਵੇਚ ਲੈਂਦੇ ਨਾ ਡਾਕਟਰ। ਜੇ ਸੁੱਖ ਮਿਲਿਆ ਹੁੰਦਾ ਤਾਂ ਗੁਰਦੇ ਵੇਚਦੇ ਲੋਕਾਂ ਦੇ। ਬੋਲੋ ਵਾਹਿਗੁਰੂ 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 ਵਾਹਿਗੁਰੂ। ਇਹਦੇ ਵਿੱਚ ਸੁੱਖ ਮਿਲਣਾ। ਵਾਹਿਗੁਰੂ ਵਾਹਿਗੁਰੂ। ਮਿੱਟਾ ਕਲੇਸ਼, ਸੁਖੀ ਹੋ ਰਹੀਏ। ਐਸਾ ਦਾਤਾ ਸਤਿਗੁਰੂ ਕੀ, ਜਿਹੜਾ ਹੁਣ ਸਾਡੇ 'ਚ ਆ ਕੇ ਬਿਰਾਜਮਾਨ ਹੋਣਾ, ਗੁਰੂ ਗ੍ਰੰਥ ਸਾਹਿਬ, ਜਿਹੜਾ ਸੁੱਖਾਂ ਦਾ ਦਾਤਾ, ਸਰਬ ਸੁੱਖਾਂ ਦਾ ਦਾਤਾ ਸਤਿਗੁਰ, ਤਾਂ ਕਿ ਸ਼ਰਨ ਹੀ ਪਾਈਏ, ਇਹਦੀ ਸ਼ਰਨ ਵਿੱਚ ਆਉਣ ਨਾਲ ਸੁੱਖ ਮਿਲਦੇ ਨੇ। ਬੋਲੋ ਵਾਹਿਗੁਰੂ ਵਾਹਿਗੁਰੂ। ਤਾਂ ਇਹ ਨਾ ਸੋਚੋ ਵੀ ਇੱਥੇ ਪਹਿਲਾਂ ਵੀ, ਇੱਕ ਦੋ ਦਿਨ ਪਹਿਲਾਂ ਸੋਚਦੇ, ਪਿਛਲੇ ਸਾਲ ਵੀ ਇੱਕ ਬੀਬੀ ਆਈ ਸੀ, ਐਤਕੀ ਸ਼ਰਨ ਆਈ ਕਿ ਨਹੀਂ, ਤਾਂ ਕਹਿੰਦੀ ਮੈਂ ਤਾਂ ਸੋਚਿਆ ਵੀ ਇਹ ਕਿੱਥੇ ਆ ਗਈ, ਮੈਂ ਤਾਂ ਸਾਨੂੰ ਭਾਈ ਬਣਾਉਣ ਲੱਗੇ ਨੇ। ਆਪਾਂ ਭਾਈ ਬਣਨਾ ਗੁਰਦੁਆਰੇ ਦੇ ਨਹੀਂ, ਇੱਕ ਦੂਜੇ ਦੇ। ਆਪਾਂ ਕਹਿੰਦੇ ਭਾਈ ਸਾਹਿਬ, ਭਾਈ ਸਾਹਿਬ ਦਾ ਮਤਲਬ ਭਰਾ। ਆਪਾਂ ਇੱਕ ਦੂਜੇ ਦੇ ਭਰਾ ਅਤੇ ਭੈਣਾਂ ਬਣ ਕੇ ਜਾਣਾ ਇੱਥੋਂ, ਕੁਛ ਹੋਰ ਗਲਤ ਮਲਤ ਲੈ ਕੇ ਨਹੀਂ ਜਾਣਾ ਮਨ ਦੇ ਵਿੱਚ। ਉਹ ਤਾਂ ਸਾਰਾ ਸੰਸਾਰ ਪਿਆ ਹੈ, ਦੁਖੀ ਹੋ ਰਿਹਾ, ਤਾਂ ਆਪਾਂ ਭਾਈ ਹੀ ਬਣਨਾ। ਬੋਲੋ ਵਾਹਿਗੁਰੂ ਵਾਹਿਗੁਰੂ। ਪਹਿਲਾਂ ਸਿੱਖ ਰਹਿੰਦੇ ਹੀ ਭਰਾਵਾਂ ਵਾਂਗ ਸੀ, 30,000 50,000 ਇਕੱਠੇ ਹੀ ਰਹਿੰਦੇ ਸੀ, ਜੰਗਲਾਂ ਵਿੱਚ ਰਹਿੰਦੇ ਸੀ। 50,000 ਦਾ ਕਾਫਲਾ ਬਣਾ ਕੇ ਕੋਈ ਲੰਗਰ ਹੁੰਦਾ ਸੀ, ਸਾਰੇ ਇਕੱਠੇ ਹੀ ਉੱਥੇ ਲੰਗਰ ਛਕਦੇ ਸੀ, ਸਾਰੇ ਇੱਦਾਂ ਹੀ ਰਹਿੰਦੇ ਸੀ। ਹੁਣ ਨਹੀਂ ਉਹ ਗੱਲਾਂ ਰਹੀਆਂ। ਬੋਲੋ ਵਾਹਿਗੁਰੂ ਵਾਹਿਗੁਰੂ। ਤਾਂ ਆਪਾਂ ਇੱਥੇ ਆਏ ਭਾਈ ਬਣਨਾ ਆ। ਸਮਝ ਲੱਗੀ ਮੇਰੀ ਗੱਲ ਦੀ ਕਿ ਨਹੀਂ? ਕਿਹੜਾ ਭਾਈ ਵਾਲਾ? ਗੁਰਦੁਆਰੇ ਵਾਲਾ ਨਹੀਂ, ਜਿਹੜਾ ਤੁਹਾਡੇ ਮਨ 'ਚ ਆ ਗਿਆ ਹੋਣਾ। ਇੱਕ ਲੰਬਾ ਜਿਹਾ ਇੱਕ ਬਾਬਾ ਹੁੰਦਾ, ਮੋਟਾ ਜਿਹਾ ਹੁੰਦਾ, ਵੱਡਾ ਜਿਹਾ ਢਿੱਡ ਹੁੰਦਾ, ਪੈਰ ਉਹਨੂੰ ਆਪਣੇ ਦਿਸਦੇ ਨਹੀਂ, ਉੱਦਾਂ ਦੇ ਭਾਈ ਨਹੀਂ ਬਣਾਉਣਾ ਤੁਹਾਨੂੰ ਅਸੀਂ। ਹਰ ਗੁਰਸਿੱਖ ਨੇ ਵਿਦਵਾਨ ਬਣਨਾ, ਗੁਰਬਾਣੀ ਪੜ੍ਹਨੀ ਹੈ, ਗੁਰਬਾਣੀ ਦੀ ਵਿਚਾਰ ਕਰਨੀ ਹੈ, ਤਾਂ ਕਿ ਤੁਹਾਡੇ ਜਿਹੜੇ ਵਿਚਾਰ ਨੇ ਗੁਰਬਾਣੀ ਅਨੁਸਾਰ ਹੋ ਜਾਣ, ਤੁਹਾਡਾ ਜੀਵਨ ਜਿਹੜਾ ਉੱਚਾ ਅਤੇ ਸੁੱਚਾ ਹੋ ਜਾਵੇ। ਤੁਸੀਂ ਕਿਸੇ ਨਾਲ ਗੱਲ ਕਰਨ ਜੋਗੇ ਹੋ ਜਾਓ ਸੰਸਾਰ ਦੇ ਵਿੱਚ, ਕਿਸੇ ਨੂੰ ਜਵਾਬ ਦੇਣ ਜੋਗੇ ਹੋ, ਕੋਈ ਤੁਹਾਨੂੰ ਪੁੱਛੇ ਤੁਸੀਂ ਉਹਨੂੰ ਜਵਾਬ ਦਿਓ। ਗੁਰੂ ਗ੍ਰੰਥ ਸਾਹਿਬ ਸਾਰੀ ਦੁਨੀਆਂ ਦੇ ਸਾਰੇ ਮਸਲੇ ਹੱਲ ਕੀਤੇ ਹੋਏ ਨੇ ਗੁਰੂ ਗ੍ਰੰਥ ਸਾਹਿਬ, ਅਸੀਂ ਪੜ੍ਹਿਆ ਨਹੀਂ, ਵਿਚਾਰਿਆ ਨਹੀਂ। ਬਾਣੀ ਬਿਰਲੋ ਵਿਚਾਰ ਸੀ, ਜੇ ਕੋਈ ਗੁਰੂ ਖੋਲ੍ਹੇ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਸ, ਜਿਸ ਕੀ ਬਾਣੀ ਅਤੇ ਸਮਾਹੇ ਸਮਾਨ। ਜਿਹਦੀ ਬਾਣੀ ਹੈ, ਕਿਹਦੀ ਬਾਣੀ ਹੈ? ਅਕਾਲ ਪੁਰਖ ਦੀ ਬਾਣੀ ਹੈ, ਧੁਰ ਕੀ ਬਾਣੀ ਹੈ, ਹੈ ਨਾ? ਇਹ ਬਾਣੀ ਮਹਾਂਪੁਰਖ ਕੀ, ਅਕਾਲ ਪੁਰਖ ਦੀ। ਤਾਂ ਜੇ ਤੁਸੀਂ ਇਹਨੂੰ ਪੜ੍ਹੋਗੇ, ਇਹਨੂੰ ਵਿਚਾਰੋਗੇ, ਤਾਂ ਕਿੱਥੇ ਲੈ ਜਾਵੇਗੀ ਤੁਹਾਨੂੰ? ਆਪਾਂ ਉੱਥੋਂ ਤੁਰੇ ਚੰਡੀਗੜ੍ਹੋਂ, ਸਾਨੂੰ ਪਤਾ ਸੀ ਆਹ ਸੜਕ ਐਸੇ ਆਉਂਦੀ ਕੈਂਪਰ ਜਿੱਥੇ ਲੱਗਾ, ਅਤੇ ਅਸੀਂ ਇਸ ਰਾਹ ਫੜ ਕੇ ਇੱਥੇ ਇੱਥੇ ਆ ਗਏ, ਹੈ ਨਾ? ਅਤੇ ਜੇ ਤੁਸੀਂ ਬਾਣੀ ਦਾ ਰਾਹ ਫੜ ਲਓਗੇ, ਤਾਂ ਕਿੱਥੇ ਚਲੇ ਜਾਓਗੇ? ਪਰਮਾਤਮਾ 'ਚ ਚਲੇ ਜਾਓਗੇ ਨਾ। ਪਰਮਾਤਮਾ ਦੇ ਦਰ ਤੋਂ ਆਈ, ਪਰਮਾਤਮਾ 'ਚੋਂ ਆਈ, ਵਾਹਿਗੁਰੂ 'ਚੋਂ ਆਈ, ਅਤੇ ਤੁਸੀਂ ਇਹਨੂੰ ਬਾਣੀ ਨਾਲ ਆਪਣਾ ਲਿਵ ਜੋੜੋਗੇ, ਬਾਣੀ ਅਨੁਸਾਰ ਆਪਣਾ ਜੀਵਨ ਬਣਾਓਗੇ, ਤਾਂ ਕਿੱਥੇ ਚਲੇ ਜਾਓਗੇ? ਪਰਮਾਤਮਾ 'ਚ ਚਲੇ ਜਾਓਗੇ ਨਾ। ਇਹੀ ਤਾਂ ਜੀਵਨ ਦਾ ਸਫ਼ਰ ਹੈ, ਇਹੀ ਤਾਂ ਸਾਡਾ ਸਫ਼ਰ ਸੀਗਾ ਜਿਹੜਾ ਅਸੀਂ ਕਰਨਾ। ਸੋ ਆਉਣ ਵਾਲੇ ਸਮੇਂ 'ਚ ਤੁਹਾਡੇ ਨਾਲ ਆਪਾਂ ਜਿੱਦਾਂ ਦੇ ਤੁਸੀਂ ਚਾਹੋਗੇ, ਥੋੜ੍ਹੇ ਜਿਹੇ ਖੁਸ਼ ਹੋ ਕੇ ਦਿਖਾਓ। ਪਹਿਲੇ ਦਿਨ ਹੀ ਉਦਾਸ ਹੀ ਹੋਵੇ ਕਿ ਕਿੱਥੇ ਬਾਬਾ ਬਣਾਤਾ ਸਾਡਾ ਸਿਰ ਖਾਣ ਲੱਗ ਗਿਆ। ਨਾ ਨਾ ਨਾ, ਮੈਂ ਸਿਰ ਨਹੀਂ ਖਾਂਦਾ ਹੁੰਦਾ, ਜਿਵੇਂ ਦਾ ਤੁਸੀਂ ਕਹੋਗੇ ਉਵੇਂ ਦੀ ਗੱਲ ਤੁਹਾਡੇ ਨਾਲ ਕਰਾਂਗੇ, ਠੀਕ ਹੈ? ਸਾਨੂੰ ਖੁਸ਼ ਵੇਖਣਾ ਚਾਹੁੰਦੇ ਹਾਂ, ਇੰਨਾ ਖੁਸ਼ ਵੇਖਣਾ ਚਾਹੁੰਦਾ ਵਾ ਮੈਂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿੰਨਾ ਪਰਮਾਤਮਾ ਖੁਸ਼ ਹੈ, ਵੇਖਾ ਵਿਗਸਾ ਘਰ ਵਿੱਚ, ਇਕੱਲਾ ਇਕੱਲਾ ਸਿੱਖ ਪਰਮਾਤਮਾ ਦਾ ਸਰੂਪ ਬਣ ਜਾਵੇ ਸੰਸਾਰ ਦੇ ਉੱਤੇ, ਅਤੇ ਲੋਕ ਕਹਿਣੇ ਗੁਰੂ ਨਾਨਕ ਦੇ ਸਿੱਖ ਨੇ। ਜਿੱਧਰੋਂ ਤੁਸੀਂ ਲੰਘੋ, ਜਿੱਦਾਂ ਗੁਲਾਬ ਦਾ ਫੁੱਲ ਖਿੜਿਆ ਹੁੰਦਾ ਨਾ, ਅਤੇ ਖੁਸ਼ਬੂ ਲੋਕ ਲੈਂਦੇ ਨੇ, ਇੱਦਾਂ ਤੁਹਾਡੇ ਕੋਲੋਂ ਗੁਰੂ ਨਾਨਕ ਦੀ ਖੁਸ਼ਬੂ ਆਵੇ। ਕਿਹੜੀ ਖੁਸ਼ਬੂ? ਗੁਣਾਂ ਦੀ। ਸਿੱਖ ਵਿੱਚ ਬਦਬੂ ਨਾ ਆਵੇ ਅਵਗੁਣਾਂ ਦੀ, ਸਮਝਦੇ? ਗੰਦੀ ਬੋ ਨਾ ਆਏ ਸਿੱਖ ਦੇ ਜੀਵਨ ਵਿੱਚੋਂ, ਸਿੱਖ ਦੇ ਜੀਵਨ ਵਿੱਚੋਂ ਖੁਸ਼ਬੂ ਆਏ, ਭਾਵੇਂ ਉਹ ਬੱਚਾ ਹੋਵੇ, ਭਾਵੇਂ ਮੇਰੇ ਵਰਗਾ ਬੁੱਢਾ ਹੋਵੇ, ਉਹਦੇ ਜੀਵਨ ਦੇ ਵਿੱਚ
ਸੁਗੰਧੀ ਭਰੀ ਹੋਵੇ, ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਗੁਣ ਭਰੇ ਹੋਣ, ਤਾਂ ਲੋਕ ਕਹਿਣੇ ਇਹ ਗੁਰੂ ਨਾਨਕ ਦੇ ਸਿੱਖ ਨੇ, ਇਹ ਗੁਰੂ ਨਾਨਕ ਦੀ ਫੁਲਵਾੜੀ ਹੈ ਜਿੱਧਰੋਂ ਲੰਘ ਜਾਂਦੇ। ਅਜੇ ਨਹੀਂ ਆਏ, ਇਹ ਤੁਸਾਂ ਕਰਨਾ, ਤਾਂ ਤੁਹਾਨੂੰ ਇੱਥੇ ਲਿਆਂਦਾ। ਜੋ ਉੱਥੇ ਸੰਸਾਰ ਦੇ ਵਿੱਚ ਨਹੀਂ ਕਰ ਸਕਦੇ ਸੀ, ਜੋ ਗੁਰਦੁਆਰਿਆਂ 'ਚ ਨਹੀਂ ਕਰ ਸਕਦੇ, ਉਹ ਇੱਥੇ ਕੈਂਪ ਲਾ ਕੇ ਹੁਣ ਤੁਸੀਂ 70-80-100 ਜੀ ਇੱਥੇ ਇਕੱਠੇ ਹੋਏ ਹੋ। 100 ਜੀ ਅਗਰ ਆਪਾਂ ਸਾਰੇ ਇੱਥੋਂ ਸਿੱਖ ਕੇ ਜਾਈਏ ਕੁਛ, ਅਤੇ ਜਾ ਕੇ ਸੰਸਾਰ 'ਤੇ ਵੰਡੀਏ, 10-10 ਜੀਆਂ ਨੂੰ ਵੀ ਤੁਸੀਂ ਹੋਰ ਸਮਝਾਓ ਇਹ ਗੱਲ, ਤਾਂ 1000 ਹੋ ਗਏ ਨਾ। ਇੱਦਾਂ ਗਿਣਤੀ ਵੱਧਦੀ ਹੈ ਕਿ ਇਹ ਤੁਸੀਂ ਆਪਣੀ ਸਾਰਿਆਂ ਨੇ ਜ਼ਿੰਮੇਵਾਰੀ ਸਮਝਣੀ ਹੈ। ਇੱਥੇ ਆਪਾਂ ਸਿਮਰਨ ਬੰਦਗੀ ਕਰਨ ਆਏ ਹਾਂ, ਅਤੇ ਥੋੜ੍ਹਾ ਬਹੁਤ ਤੁਹਾਨੂੰ ਤੁਹਾਡਾ ਮਨ ਪਰਚਾਵੇ ਲਈ ਵੀ ਇਹਨਾਂ ਨੇ ਕਾਫੀ ਕੁਛ ਰੱਖਿਆ ਹੁੰਦਾ ਨਾਲ ਨਾਲ, ਸਾਰਾ ਕੁਛ ਹੁੰਦਾ। ਪਰ ਮਹਾਰਾਜ ਨੇ ਕਿਹਾ ਇਹ ਮਨ ਚੰਚਲਾ ਚਤੁਰਾਹੀ ਕਿਨੇ ਨਾ ਪਾਇਆ, ਚਤੁਰਾਹੀ ਨਾ ਚਤੁਰਭੁਜ ਪਾਈਏ, ਚਤੁਰਾਹੀ ਸਿਆਣਪਾਂ ਕਿਤੇ ਕਾਮ ਨਾ ਆਈਆ, ਪੁੱਠਾ ਸਾਹਿਬ ਜੋ ਦੇਵੇ ਸੋਈ ਸੁੱਖ ਪਾਏ। ਜੇ ਸੁੱਖ ਲੈਣਾ ਜੇ ਤਾਂ ਬਸ ਸਿਮਰਨ ਕਰੋ, ਜ਼ਿੰਦਗੀ 'ਚ ਸਿਮਰਨ ਕਰੋਗੇ ਤਾਂ ਨਿਹਾਲ ਹੋ ਜਾਓਗੇ। ਬੋਲੋ ਵਾਹਿਗੁਰੂ, 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 ਵਾਹਿਗੁਰੂ। ਅਤੇ ਸਿਮਰਨ ਦੀ ਪਹਿਲੀ ਸ਼ਰਤ ਇਹ ਆ, ਪਿੱਠ ਸਿੱਧੀ ਹੋਣੀ ਚਾਹੀਦੀ ਹੈ। ਹੰਸ ਵਾਂਗ ਪਹਿਲੀ ਸ਼ਰਤ, ਜਿਹਨੇ ਸਿਮਰਨ ਕਰਨਾ ਹੈ ਉਹਦੀ ਪਹਿਲੀ ਸ਼ਰਤ ਇਹ ਆ ਵੀ ਉਹਦੀ ਪਿੱਠ ਸਿੱਧੀ ਹੋਵੇ, ਇੱਦਾਂ ਬੈਠਾ ਹੋਵੇ, ਪਤਾ ਲੱਗੇ ਕਲਾਸ ਲੱਗੀ ਹੈ, ਪਤਾ ਲੱਗੇ ਗੁਰਸਿੱਖ ਬੈਠਾ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ, ਅੰਦਰ ਚਲਾ ਜਾਵੇ, ਦਵਾਈ ਅੰਦਰ ਚਲੀ ਜਾਵੇ। ਬੋਲੋ ਵਾਹਿਗੁਰੂ। ਅਤੇ ਦੂਜੀ ਸ਼ਰਤ ਇਹ ਆ, ਅੱਖਾਂ ਬੰਦ ਹੋਣ। ਪਹਿਲੀ ਕੀ ਹੈ, ਅੱਖ ਪੁੱਣ ਸਿੱਧੀ ਹੋਵੇ, ਅਤੇ ਦੂਜੀ ਅੱਖਾਂ ਬੰਦ ਹੋਣ। ਜੇ ਦਰਵਾਜ਼ੇ ਖੁੱਲ੍ਹੇ ਰਹੇ ਚੋਰ ਪੈਣੇ ਨੇ, ਗੁਰਦ ਖਲਾਈ ਮੋਰੀ ਜਿੱਤ ਮਿਰਗ ਪਰਤ ਹੈ ਚੋਰੀ। ਅੱਖਾਂ ਖੁੱਲ੍ਹੀਆਂ ਰਹਿਣਗੀਆਂ ਚੋਰੀ ਹੋਏਗੀ, ਕੰਨ ਖੁੱਲ੍ਹੇ ਰਹਿਣਗੇ ਚੋਰੀ ਹੋਏਗੀ, ਮੂੰਹ ਖੁੱਲ੍ਹਾ ਰਹੇਗਾ ਚੋਰੀ ਹੋਏਗੀ। ਜਦੋਂ ਵੀ ਤੁਸੀਂ 9 ਦਰਵਾਜ਼ੇ ਬੰਦ ਕੀਤੇ, 10ਵੇਂ ਵਿੱਚ ਸਤਿਗੁਰ ਨੇ ਪ੍ਰਗਟ ਹੋ ਜਾਣਾ। ਮੂੰਦਲੀਏ ਦਰਵਾਜ਼ੇ ਬਾਜੀਏ ਲੇ ਅਣਹਦ ਵਾਜੇ, ਪਹਿਲੇ ਦਿਨ ਤੁਹਾਡੇ ਅਣਹਦ ਵਜਾ ਦੇਣ ਲੱਗੇ ਹੈ, ਪਛਾਣ ਦੇਣਾ ਬਾਅਦ ਪਤਾ ਨਹੀਂ ਕੀ ਹੋਣਾ। ਬੋਲੋ ਵਾਹਿਗੁਰੂ, ਅੱਖਾਂ ਬੰਦ ਕਰੋ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਉਹਨੂੰ ਪੁਕਾਰਨਾ ਹੈ, ਉਹ ਤੁਹਾਡੇ ਅੰਦਰ ਹੈ, ਤੁਹਾਡੇ ਨਾਲ ਆ। ਗੁਰ ਮੇਰੇ ਸੰਗ ਮਹਿਸੂਸ ਕਰੋ ਵੀ ਉਹ ਮੇਰੇ ਨਾਲ ਰਹਿੰਦਾ। ਕਿਸ ਰੂਪ 'ਚ ਰਹਿੰਦਾ? ਸ਼ਬਦ ਰੂਪ 'ਚ ਰਹਿੰਦਾ ਅੰਦਰ। 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਸਾਮ, ਅੰਦਰ ਹੀ ਰਹਿੰਦਾ। ਪਰ ਅਸੀਂ ਕਦੀ ਆਪਣੇ ਅੰਦਰ ਗਏ ਨਹੀਂ, ਅਸੀਂ ਬਾਹਰ ਲੱਭਦੇ ਫਿਰਦੇ ਹਾਂ, ਬਾਹਰ ਲੱਭਦੇ ਹਾਂ। ਗੁਰਦੁਆਰੇ ਗਏ ਸੀ ਰੱਬ ਲੱਭਣ, ਨਹੀਂ ਲੱਭਣਾ, ਇੱਥੇ ਜਾ ਅੰਦਰ ਆਪਣੇ, ਇੱਥੋਂ ਲੱਭੇਗਾ। ਜਦੋਂ ਅੱਖਾਂ ਬੰਦ ਕਰਕੇ ਅੰਦਰੋਂ ਆਵਾਜ਼ ਮਾਰੇਗਾ, ਵਾਹਿਗੁਰੂ, 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 ਵਾਹਿਗੁਰੂ। ਗੁਰੂ ਨੂੰ ਕਿਹਾ ਪ੍ਰੇਮ ਕਰੀ ਸਾਚ ਕਹੋ ਸੰਗਤ ਸਭ ਹੈ ਜਿਨ ਪ੍ਰੇਮ ਕੀ ਹੋ। ਕਿਹਨੂੰ ਪ੍ਰੇਮ ਕਰਨਾ ਪਹਿਲਾਂ? ਸਭ ਤੋਂ ਪਹਿਲਾਂ ਆਪਣੇ ਆਪ ਨੂੰ। ਜਿਹਨੇ ਆਪਣੇ ਆਪ ਨੂੰ ਪ੍ਰੇਮ ਨਹੀਂ ਕੀਤਾ ਨਾ, ਉਹ ਕਿਸੇ ਦੂਜੇ ਨੂੰ ਵੀ ਨਹੀਂ ਕਰ ਸਕਦਾ। ਜਿਹਨੇ ਆਪਣੀ ਆਤਮਾ ਨੂੰ ਹੀ ਨਹੀਂ ਪ੍ਰੇਮ ਕੀਤਾ, ਜਿਹਨੇ ਆਪਣੇ ਆਪ ਨੂੰ ਨਹੀਂ ਵੇਖਿਆ ਵੀ ਮੈਂ ਕੌਣ ਆ, ਮੈਂ ਕਿੰਨਾ ਕੀਮਤੀ ਸੀ, ਮੇਰਾ ਜੀਵਨ ਕਿੰਨਾ ਕੀਮਤੀ ਹੈ, ਹੈ ਨਾ, ਅਤੇ ਆਪਣੇ ਆਪ ਨੂੰ ਨਹੀਂ ਪ੍ਰੇਮ ਕੀਤਾ, ਆਪਣਾ ਜੀਵਨ ਹੀ ਖਰਾਬ ਕਰ ਲਿਆ, ਵਿਕਾਰਾਂ 'ਚ ਚਲਾ ਗਿਆ, ਵਿਚਾਰਾਂ 'ਚ ਚਲਾ ਗਿਆ, ਬੁਰੇ ਵਿਚਾਰ ਆ ਗਏ, ਜੀਵਨ ਖਰਾਬ ਕਰ ਲਿਆ। ਆਪਣੇ ਆਪ ਨੂੰ ਪਿਆਰ ਤਾਂ ਕੀਤਾ ਨਹੀਂ, ਦੂਜੇ ਨੂੰ ਕੀ ਕਰੇਗਾ, ਸਭ ਝੂਠ ਹੈ। ਪਹਿਲਾਂ ਆਪਣੇ ਆਪ ਨੂੰ ਪਿਆਰ ਕਰਨਾ ਸਿੱਖੋ, ਆਪਣੀ ਆਤਮਾ ਨੂੰ, ਆਪਣੇ ਅੰਦਰ ਬੈਠੇ ਪਰਮਾਤਮਾ ਨੂੰ, ਇਸ ਦੇਹੀ ਨੂੰ। ਇਸ ਦੇਹੀ ਅੰਦਰ ਕਰਤਾ ਪੁਰਖ ਆਪ ਵਸੈ। ਬੋਲੋ, ਇਸ ਦੇਹੀ ਅੰਦਰ ਕਰਤਾ ਪੁਰਖ ਆਪ ਵਸੈ। ਕੌਣ ਵਸਦਾ ਤੁਹਾਡੇ ਅੰਦਰ? ਕਰਤਾ ਪੁਰਖ, ਵਾਹਿਗੁਰੂ ਜੀ। ਅਤੇ ਫਿਰ ਇਹ ਵਿਕਾਰ ਕਰਨ ਵਾਸਤੇ ਨਹੀਂ ਨਾ ਹੈਗੀ, ਇਹ ਦੇਹੀ ਹੀ ਹਰਿਮੰਦਰ ਸਾਹਿਬ ਹੈ। ਬੋਲੋ ਵਾਹਿਗੁਰੂ, 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 ਵਾਹਿਗੁਰੂ। ਇਹੀ ਰੱਬ ਦਾ ਘਰ ਹੈ, ਇੱਥੇ ਹੀ ਰੱਬ ਦੀ ਪੂਜਾ ਹੋਣੀ ਹੈ, ਘੱਟ ਅੰਤਰ ਪੂਜਾ ਹੋਈ, ਇੱਥੇ ਅੰਦਰ ਹੀ ਹਿਰਦੇ ਵਿੱਚ ਹੀ ਪਰਮਾਤਮਾ ਦੀ ਪੂਜਾ ਹੋਣੀ ਹੈ। ਅਤੇ ਪੂਜਾ ਕਿਵੇਂ ਹੋਣੀ ਹੈ? ਪੂਜਾ ਕੀ ਚਾਹੇ? ਨਾਮ ਤੇ ਆਈ ਹੈ, ਬਿਨ ਨਾਮ ਹੈ ਪੂਜ ਨਾ ਹੋਵੇ।
ਨਾਮ ਤੋਂ ਬਿਨਾਂ ਹੋਰ ਕੋਈ ਪੂਜਾ ਨਹੀਂ, ਆਹੀ ਪੂਜਾ ਹੈ। ਜਦੋਂ ਤੁਹਾਡਾ ਜੀ ਕਰੇ ਰੱਬ ਦੀ ਪੂਜਾ ਕਰਨ ਨੂੰ, ਤੇ ਫਿਰ ਬੋਲਿਓ ਜੀ ਵਾਹਿਗੁਰੂ 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 ਵਾਹਿਗੁਰੂ। ਆਹੀ ਉਮਰ ਜੇ ਤੁਹਾਡੀ। ਬਾਬਾ ਫਰੀਦ ਜੀ ਨੇ ਤੁਹਾਡੇ ਵਾਸਤੇ ਬੜਾ ਸੁੰਦਰ ਬਚਨ ਕੀਤਾ, ਕਹਿੰਦੇ ਕਰ ਸਾਈਂ ਸੁਪਰੇੜੀ ਰੰਗ ਨਵੇਲਾ ਹੋਇਆ। ਮੇਰੇ ਕੋਲ ਚੌਂਕੜੀ ਨਹੀਂ ਵੱਜਦੀ, ਬੁੱਢਾ ਹੋ ਗਿਆ। ਤੁਸੀਂ ਮਾਰ ਸਕਦੇ, ਤੁਹਾਡੇ ਕੋਲ ਐਨਰਜੀ ਹੈਗੀ ਹੈ, ਪਰ ਇਸ ਐਨਰਜੀ ਨੂੰ ਜੇ ਪੋਜ਼ਿਟਿਵ ਪਾਸੇ ਯੂਜ਼ ਕਰੋਗੇ ਤਾਂ ਕਿਸੇ ਟਿਕਾਣੇ 'ਤੇ ਪਹੁੰਚ ਜਾਓਗੇ, ਜੇ ਨੈਗੇਟਿਵ ਲੈ ਗਏ ਤਾਂ ਬਰਬਾਦ ਹੋ ਜਾਓਗੇ। ਤੁਹਾਡੇ ਕੋਲ ਹੈ ਸਭ ਕੁਛ ਇਸ ਵੇਲੇ, ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ, ਮੁਰਚੇ ਲੁੱਟ ਸਕਦੇ ਹੋ, ਚੌਂਕੜੀ ਮਾਰ ਸਕਦੇ ਹੋ, ਦੋ ਚਾਰ ਘੰਟੇ ਬਹਿ ਸਕਦੇ ਹੋ, ਜਵਾਨੀ ਹੈ, ਖੂਨ ਹੈ ਅੰਦਰ। ਪਰ ਜੇ ਇਹਨੂੰ ਤੁਸੀਂ ਨੈਗੇਟਿਵ ਯੂਜ਼ ਕਰ ਲਿਆ, ਚਲ ਜਾਣੀ ਹੈ, ਫਿਰ ਨਾ ਰੱਬ ਮਿਲਣਾ ਨਾ ਸੰਸਾਰ ਮਿਲਣਾ। ਬਾਬਾ ਫਰੀਦ ਜੀ ਦਾ ਬੜਾ ਹੀ ਸੁੰਦਰ ਬਚਨ ਹੈ, ਕਰ ਸਾਈਂ ਸੁਪਰੇੜੀ ਰੰਗ ਨਵੇਲਾ। ਉਹਨੇ ਕਿਹਾ ਜੋਬਨ ਜਾਂਦੇ ਨਾ ਡਰਾਂ, ਜੇ ਸੋ ਪ੍ਰੀਤ ਨਾ ਜਾਏ, ਕਿੰਨੀ ਜੋਬਨ ਪ੍ਰੀਤ ਬਿਨ ਸੁੱਕ ਗਏ। ਸੰਸਾਰ ਨੂੰ ਦੇਖਦੇ ਹੋ ਨਾ ਤੁਸੀਂ, ਸੰਸਾਰ ਨੂੰ ਦੇਖੋ ਤੁਸੀਂ, ਕਿਤੇ ਧਿਆਨ ਨਾਲ ਦੇਖੋ ਤੇ ਕਿੱਦਾਂ ਸਾਰੇ ਮੁਰਝਾਏ ਹੋਏ ਨੇ। ਪ੍ਰੀਤ ਹੈ ਨੀ, ਪ੍ਰੇਮ ਹੈ ਨੀ ਰੱਬ ਨਾਲ, ਮੁਰਝਾ ਗਏ। ਜਿਨ੍ਹਾਂ ਦੇ ਅੰਦਰ ਪ੍ਰੀਤ ਹੁੰਦੀ ਹੈ ਉਹ ਖਿੜ ਜਾਂਦੇ ਨੇ। ਬੋਲੋ ਵਾਹਿਗੁਰੂ 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 ਵਾਹਿਗੁਰੂ। ਇਸੇ ਕੈਂਪ ਵਿੱਚੋਂ ਹੀ ਜੋਤ ਪ੍ਰਗਟ ਕਰਕੇ ਜਾਣਾ ਆਪਣੇ ਅੰਦਰ। ਇਹ ਨਹੀਂ ਸੋਚਣਾ ਚੱਲ ਵੀ ਅਗਲੇ ਕੈਂਪ 'ਚ ਆਵਾਂਗੇ, ਨਹੀਂ। ਇੱਥੇ ਲਿਖਿਆ ਹੋਣਾ ਹੈ, ਇਹਨਾਂ ਨੇ ਲਿਖਿਆ ਵੀ ਹੋਣਾ ਚਾਹੀਦਾ, ਉੱਥੇ ਲਿਖਿਆ ਹੁੰਦਾ ਸੀ, ਉਹਨਾਂ ਨੇ ਲਿਖਿਆ ਹੁੰਦਾ ਹੈ, ਇੰਗਲੈਂਡ ਜਾਓ, ਦੂਜੇ ਕੈਂਪ ਡਿਸਕਵਰ ਦਾ ਸਪਿਰਿਟ ਵਿਦਨ, ਵੀ ਆਪਣੇ ਅੰਦਰੋਂ ਜੋਤ ਨੂੰ ਲੱਭੋ, ਪ੍ਰਗਟ ਕਰੋ। ਤੋ ਇਹ ਨਹੀਂ ਵੀ ਅਗਲੇ ਕੈਂਪ 'ਚ ਆਵਾਂਗੇ, ਨਹੀਂ ਨਹੀਂ ਨਹੀਂ। ਅਗਲਾ ਕੈਂਪ ਪਤਾ ਨਹੀਂ ਸਾਨੂੰ ਮਿਲਣਾ ਕਿ ਨਹੀਂ ਮਿਲਣਾ, ਕਿਹਨੂੰ ਮਿਲਣਾ ਅਤੇ ਕਿਹਨੂੰ ਨਹੀਂ ਮਿਲਣਾ ਕਿਸੇ ਨੂੰ ਨਹੀਂ ਪਤਾ। ਇਸੇ 'ਚ ਹੀ ਗੱਲ ਕਰਨ 'ਤੇ ਅਭੇ ਕਰ, ਅਭ ਕਰਤਾ ਸੁਰਤਾਲ, ਜਿਹੜਾ ਕੱਲ ਕਰਨਾ ਹੁਣੇ ਕਰ, ਜਿਹੜਾ ਹੁਣੇ ਕਰਨਾ ਇਸੇ ਸਵਸਥ ਕਰ, ਅਤੇ ਮਿਲ ਉਹਨੂੰ, ਪਰਮਾਤਮਾ ਨੂੰ ਮਿਲ, ਅਤੇ ਆਪਣੀ ਆਹ ਜਿਹੜੀ ਜਾਨ ਛੁਡਾਵਾ ਗਾਉਣ 'ਚ ਜਿਹੜਾ ਪਿਆ ਹੋਇਆ, ਬੜੀ ਦੂਰੋਂ ਆਏ ਹਾਂ ਅਸੀਂ, ਤੁਹਾਡੇ ਵਾਲੇ ਸਮੇਂ 'ਚ ਤੁਹਾਡੇ ਨਾਲ ਗੱਲਾਂ ਬਾਤਾਂ ਜਿੰਨੀਆਂ ਕੁ ਸਤਿਗੁਰੂ ਜੀ ਨੇ ਸੋਝੀ ਬਖਸ਼ੀ ਹੋਈ ਹੈ ਤੁਹਾਡੇ ਨਾਲ ਕਰਾਂਗੇ। ਇੱਕ ਵਾਰ ਫਿਰ ਜਰਾ ਖੁਸ਼ ਹੋ ਕੇ ਦਿਖਾਓ ਯਾਰ, ਉਦਾਸ ਤਾਂ ਹੋਵੇ ਕਿੱਥੇ, ਹੈਂ। ਅਸੀਂ ਸੋਚਦੇ ਹੋਣੇ ਹਾਂ ਵੀ ਮੈਂ ਇਹ ਹੀ ਕੰਮ ਕਰਨਾ ਸੀ ਯਾਰ, ਆਪਾਂ ਕਿੱਥੇ ਫਸ ਗਏ ਆਣ ਕੇ, ਇੱਦਾਂ ਤਾਂ ਨਹੀਂ ਸੋਚਦੇ। ਹੈ ਪਹਿਲਾਂ ਹੀ ਬਿਠਾਤਾ ਬਾਬਾ, ਇਹ ਤਾਂ ਖਾਣ ਲੱਗ ਗਿਆ, ਇਹ ਇੱਦਾਂ ਹੀ ਕਰਦਾ ਰਿਹਾ ਤੇ ਫਿਰ ਸਾਡਾ ਕਿੱਦਾਂ 6 ਦਿਨ ਲੰਘਣਗੇ। ਹੈਂ ਚਲੋ ਵਾਹਿਗੁਰੂ 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 ਵਾਹਿਗੁਰੂ। ਹੱਸਦੇ ਖੇਡਦੇ ਸਿੱਖਣਾ, ਗੁਰੂ ਨਾਨਕ ਸਾਹਿਬ ਦਾ ਧਰਮ ਹੈ, ਹੱਸਦੇ ਹਾਂ, ਖਿਲਾਂਦੇ ਹਾਂ, ਪਹਿਨਾਂਦੇ ਹਾਂ, ਖਵਾਉਂਦੇ ਹਾਂ, ਵਿੱਚ ਹੋਇਆ ਮੁਕਤ। ਕੋਈ ਲੋੜ ਨਹੀਂ ਛੱਡ ਕੇ ਜਾਣ ਦੀ ਘਰ, ਕੋਈ ਲੋੜ ਨਹੀਂ ਛੱਡ ਕੇ ਜਾਣ ਦੀ ਬਾਈ, ਕੋਈ ਲੋੜ ਨਹੀਂ ਛੱਡ ਕੇ ਜਾਣ ਦੀ ਭੈਣ ਭਰਾ। ਖਾਂਦੇ ਹਾਂ, ਪੀਂਦੇ ਹਾਂ, ਪਹਿਨਦੇ ਹਾਂ, ਹੱਸਦੇ ਹਾਂ, ਖੇਡਦੇ ਹਾਂ, ਸਿਮਰਨ ਕਰਦੇ ਹਾਂ, ਵਿੱਚ ਹੀ ਮੁਕਤੀ ਹੋ ਜਾਵੇ। ਨਾਨਕ ਸਤਿਗੁਰ ਪੇਟਿਆ ਪੂਰੀ ਹੋਵੇ ਜੁਗਤ, ਹੱਸਦੇ ਹਾਂ, ਖਿਲਾਂਦੇ ਹਾਂ, ਪਹਿਨਾਂਦੇ ਹਾਂ, ਖਵਾਉਂਦੇ ਹਾਂ, ਵਿੱਚ ਹੋਵੇ ਮੁਕਤ। ਕਿੰਨਾ ਸੌਖਾ ਕਰਤਾ ਗੁਰੂ ਨਾਨਕ ਸਾਹਿਬ ਨੇ ਸਾਡੇ ਵਾਸਤੇ, ਦੱਸੋ ਖੇਡੋ, ਸਭ ਕੁਛ ਕਰੋ, ਖਾਓ ਪੀਓ ਅਤੇ ਨਾਲ ਸਿਮਰਨ ਕਰੋ ਅਤੇ ਪਰਮਾਤਮਾ ਨੂੰ ਮਿਲੋ। ਪਰ ਕਿਸੇ ਮਰਿਆਦਾ 'ਚ ਰਹਿ ਕੇ, ਮਰਿਆਦਾ ਤੋਂ ਬਾਹਰ ਨੇ, ਜੀਵਨ ਮਰਿਆਦਾ 'ਚ ਹੋਏਗਾ, ਹਰ ਚੀਜ਼ ਮਰਿਆਦਾ 'ਚ ਬੱਜੀ ਹੋਈ ਹੈ। ਭੈ ਵਿੱਚ ਪਾਉਣ ਵਿੱਚ ਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਚੱਲਣ ਕੱਢੇ ਵਿਕਾਰ, ਮਰਿਆਦਾ ਵਿੱਚ। ਇਸ ਤਰ੍ਹਾਂ ਸਾਡਾ ਜੀਵਨ ਵੀ ਮਰਿਆਦਾ 'ਚ ਬੰਨਿਆ ਗੁਰੂ ਨਾਨਕ ਸਾਹਿਬ ਨੇ। ਜਿਹੜਾ ਉਸ ਮਰਿਆਦਾ 'ਚ ਰਹੇਗਾ, ਆਉਣ ਵਾਲੇ ਸਮੇਂ ਦੇ ਆਪਾਂ ਇਹ ਸਾਰਾ ਕੁਝ ਦੇਖਾਂਗੇ, ਜੀਵਨ ਦੀ ਮਰਿਆਦਾ ਕੀ ਹੈ, ਕਿਹੜੀ ਮਰਿਆਦਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਿਖਾਈ ਹੈ, ਕਿਹੜੇ ਕਾਨੂੰਨ ਨੇ ਜਿਹੜੇ ਸਿੱਖ ਨੇ ਜਿਹਨਾਂ ਦਾ ਪਾਲਣ ਕਰਨਾ, ਕਿਹੜੇ ਨਿਯਮ ਨੇ ਜਿਹਨਾਂ ਨੇ, ਜਿਹਨਾਂ ਦਾ ਅਸੀਂ ਆਪਣੀ ਜ਼ਿੰਦਗੀ 'ਚ ਪਾਲਣ ਕਰਾਂਗੇ ਅਤੇ ਹੱਸਦਿਆਂ ਖੇਡਦਿਆਂ ਖਾਂਦਿਆਂ ਪੀਂਦਿਆਂ ਸਾਡੀ ਮੁਕਤੀ ਹੋ ਜਾਏਗੀ। ਅਤੇ ਜੇ ਮਰਿਆਦਾ 'ਚ ਨਹੀਂ ਹੈ ਤਾਂ ਫਿਰ ਕੋਈ ਚੀਜ਼, ਜਿਹੜੀ ਜਰਾ ਕੋਈ ਕੋਈ ਚੀਜ਼ ਮਰਿਆਦਾ ਤੋਂ ਬਾਹਰ, ਪਾਣੀ ਮਰਿਆਦਾ ਤੋਂ ਬਾਹਰ ਹੋ ਜਾਏ ਹੜ ਲਿਆ ਦਿੰਦਾ, ਅੱਗ ਮਰਿਆਦਾ ਤੋਂ ਬਾਹਰ ਹੋ ਜਾਏ ਸਾਰੇ ਪਾਸੇ ਅੱਗ ਲੱਗ ਜਾਂਦੀ, ਬੰਦਾ ਮਰਿਆਦਾ ਤੋਂ ਬਾਹਰ ਹੋ ਜਾਏ ਵਿਨਾਸ਼ ਕਰ ਦਿੰਦਾ।
ਬੋਲੋ ਵਾਹਿਗੁਰੂ 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 ਚਲੋ ਦੋਵੇਂ ਹੱਥ ਜੋੜੋ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਰੋ ਧਿਆਨ ਤੇ ਇੱਕ ਵਾਰੀ ਉਹਨਾਂ ਨੂੰ ਕਹੀਏ ਆਪਾਂ ਗੁਰੂ ਨਾਨਕ ਸਾਹਿਬ ਨੂੰ ਅੱਖਾਂ ਬੰਦ ਕਰ ਲਓ ਤੇ ਉਹਨਾਂ ਨੂੰ ਕਹੋ ਆਪਣਾ ਨਾਮ ਜਪਾਓ ਆਪਣਾ ਨਾਮ ਜਪਾਓ ਦਿਓ ਆਪਣਾ ਨਾਮ ਦਿਓ ਆਪਣਾ ਨਾਮ ਆਪਣਾ ਨਾਮ ਜਪਾਓ ਕਰੋ ਕਿਰਪਾ ਗੋਪਾਲ ਗੋਬਿੰਦੇ ਕਰੋ ਕਿਰਪਾ ਗੋਪਾਲ ਗੋਬਿੰਦੇ ਗੋਪਾਲ ਗੋਬਿੰਦੇ ਤੁਸੀਂ ਮੰਗੋਗੇ ਤੇ ਸਤਿਗੁਰੂ ਨੇ ਬਾਣੀ ਚਲੋ ਸਤਿਗੁਰੂ ਆ ਦੇਖਾਂ ਦਰਸ਼ਨ ਤੇਰਾ ਰਾਮ ਦੇਖਾਂ ਦਰਸ਼ਨ ਤੇਰਾ ਰਾਮ ਦੇਖਾਂ ਦਰਸ਼ਨ ਤੇਰਾ ਰਾਮ ਹਰ ਆਪ ਨੜੇ ਖੜੀ ਤਕਾਂ ਕਰ ਆਪ ਨੜੇ ਖੜੀ ਤਕਾਂ ਕਰ ਆਪ ਨੜੇ ਖੜੀ ਤਕਾਂ ਕਰ ਆਪ ਨੜੇ ਖੜੀ ਤਕਾਂ ਮਨ ਚਾਉ ਕਨੇਰਾ ਰਾਮ ਮੈਂ ਮਨ ਚਾਉ ਕਨੇਰਾ ਰਾਮ ਮੈਂ ਮਨ ਚਾਉ ਕਨੇਰਾ ਰਾਮ ਮੈਂ ਮਨ ਚਾਉ ਕਨੇਰਾ ਰਾਮ ਚਾਉ ਕਨੇਰਾ ਸੁਣ ਪ੍ਰਭ ਮੇਰਾ ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ ਤੇਰਾ ਪਰਵਾਸਾ ਮੈਂ ਤੇਰਾ ਪਰਵਾਸਾ ਮੈਂ ਤੇਰਾ ਪਰਵਾਸਾ ਮੈਂ ਤੇਰਾ ਦਰਸ਼ਨ ਦੇਖ ਪਈ ਨੇ ਕੇਵਲ 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 ਜਨ ਮਰਨ ਦੁੱਖ ਨਾਸਾ ਜਨ ਮਰਨ ਦੁੱਖ ਨਾਸਾ ਜਨ ਮਰਨ ਦੁੱਖ ਨਾਸਾ ਜਨ ਮਰਨ ਦੁੱਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ 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 ਮਿਲਿਆ ਪਾਇ ਸੁਹਾਏ ਮਿਲਿਆ ਪਾਇ ਸੁਪਾਏ ਮਿਲਿਆ ਪਾਇ ਸੁਹਾਏ ਮਿਲਿਆ ਪਾਇ ਸੁਹਾਏ ਨਾਨਕ ਸਾਜਨ ਕੋ ਵੱਲ ਜਾਈਏ 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 ਸੱਚ ਮਿਲੇ ਕਰ ਆਏ
ਸੱਚ ਮਿਲੈ ਕਰ ਆਏ, ਸੱਚ ਮਿਲੈ ਕਰ ਆਏ, ਸੱਚ ਮਿਲੈ ਕਰ ਆਏ।